ਬਹੁਤ ਇਸਤਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਕੁਛ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੇਖ ਰਹੇ ਹੋ ਕਿ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੇ ਵੱਲੋਂ ਇੱਕ ਮੰਚ ਦੇ ਉੱਪਰ, ਔਰ ਇਹ ਕੋਈ ਪਹਿਲੀ ਵਾਰ ਵਰਤੀ ਗਈ ਐਵੇਂ ਦੀ ਸ਼ਬਦਾਵਲੀ ਨਹੀਂ ਹੈ, ਬਲਕਿ ਇੱਕ ਦੁਹਰਾਅ ਹੈ ਕਿ ਪਹਿਲਾਂ ਵੀ ਕਈ ਵਾਰ ਐਵੇਂ ਦੀਆਂ ਕੁਤਾਹੀਆਂ ਹੋ ਚੁੱਕੀਆਂ ਨੇ। ਉਸ ਗਾਇਕ ਦੇ ਵੱਲੋਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਮੰਚ ਦੇ ਉੱਪਰੋਂ, ਖਾਸ ਕਰਕੇ ਇੱਕ ਡੇਰੇ ਦੇ ਵਿੱਚ ਖੜ੍ਹੇ ਹੋ ਕੇ ਵਰਤੀ ਗਈ, ਉਸ ਦੇ ਨਾਲ ਸਾਰੀ ਹੀ ਸਿੱਖ ਕੌਮ ਦਾ ਹਿਰਦਾ ਵਲੂੰਦਰਿਆ ਗਿਆ। ਔਰ ਜਿੰਨੇ ਵੀ ਸਾਡੇ ਪ੍ਰਚਾਰਕ ਵੀਰ ਨੇ, ਬੁਲਾਰੇ ਨੇ, ਲੇਖਕ ਨੇ, ਜਾਂ ਫਿਰ ਸੋਸ਼ਲ ਮੀਡੀਆ ਉੱਪਰ ਜਾਂ ਪੰਥਕ ਧਿਰਾਂ ਦੇ ਵਿੱਚ ਸਰਗਰਮ ਰਹਿਣ ਵਾਲੇ ਵੀਰ ਨੇ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦੇ ਅਨੁਸਾਰ, ਜਥਾ ਸ਼ਕਤ ਸਮਰੱਥਾ ਦੇ ਅਨੁਸਾਰ ਜਿੱਥੇ ਉਸ ਨੂੰ ਜਵਾਬ ਵੀ ਦਿੱਤਾ ਹੈ, ਉੱਥੇ ਨਾਲ ਨਾਲ ਕਿਤੇ ਨਾ ਕਿਤੇ ਕੌਮ ਦੀਆਂ ਨੁਮਾਇੰਦਾ ਪੰਥਕ ਸੰਸਥਾਵਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਜਿਹੇ ਮੁੱਦਿਆਂ ਦੇ ਉੱਪਰ ਉਹਨਾਂ ਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਕਠੋਰ ਰੁੱਖ ਅਖਤਿਆਰ ਕਰਨਾ ਪਵੇਗਾ, ਨਹੀਂ ਤਾਂ ਇਹ ਜਿਹੜੀ ਅਲਾਮਤ ਸ਼ੁਰੂ ਹੋਈ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਗੰਭੀਰ ਰੂਪ ਧਾਰਨ ਕਰਦੀ ਜਾਵੇਗੀ। ਸੋ ਜੋ ਕੁਛ ਅਜੋਕੇ ਸਮੇਂ ਦੇ ਵਿੱਚ ਹੋਇਆ ਹੈ, ਉਹਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ। ਮੈਂ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਇਸ ਕਰਕੇ ਜਾਣਾ ਚਾਹੁੰਦਾ ਕਿ ਅਜਿਹੇ ਗਾਇਕਾਂ ਨੂੰ ਪੰਜਾਬ ਦੇ ਵਿੱਚ ਜੇ ਪ੍ਰਵਾਨਗੀ ਮਿਲੀ ਤਾਂ ਉਸ 'ਤੇ ਵੀ ਕੁਛ ਕਾਰਨ ਸਨ। ਦਰਅਸਲ ਜਿਸ ਸਮੇਂ ਦੇ ਵਿੱਚ ਇਹ ਗਾਇਕ ਪੰਜਾਬ ਦੇ ਮੰਚ ਦੇ ਉੱਪਰ ਪ੍ਰਗਟ ਹੁੰਦੇ ਨੇ, ਉਹ ਸਮਾਂ ਇਸ ਤਰ੍ਹਾਂ ਦਾ ਹੈ ਕਿ ਕੌਮ ਇੱਕ ਪਾਸੇ ਇੱਕ ਬਹੁਤ ਵੱਡੇ ਸੰਘਰਸ਼ ਦੇ ਵਿੱਚ ਰੁੱਝੀ ਪਈ ਹੈ। ਬੇਸ਼ੱਕ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਗਾਇਕਾਂ ਦੇ ਵੱਲੋਂ ਇਵੇਂ ਦੀ ਸ਼ਬਦਾਵਲੀ ਵਰਤੀ ਗਈ ਜਿਹਦੇ ਨਾਲ ਕਿਤੇ ਨਾ ਕਿਤੇ ਉਦੋਂ ਵੀ ਗੰਭੀਰ ਚਿੰਤਨ ਕਰਨ ਵਾਲੇ ਲੋਕ ਮਹਿਸੂਸ ਕਰਦੇ ਸੀ ਕਿ ਕਿਤੇ ਨਾ ਕਿਤੇ ਅਸਿੱਧੇ ਰੂਪ ਦੇ ਵਿੱਚ ਇਹ ਕਿਸੇ ਨਾ ਕਿਸੇ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੇ ਉੱਪਰ ਕੀਤਾ ਹੋਇਆ ਸੂਖਮ ਜਿਹਾ ਹਮਲਾ ਹੈ। ਪਰ ਉਦੋਂ ਪਹਿਲੀ ਗੱਲ ਤਾਂ ਹੈ ਕਿ ਕੌਮ ਇੱਕ ਵੱਡੇ ਸੰਘਰਸ਼ ਦੇ ਵਿੱਚ ਰੁੱਝੀ ਪਈ ਸੀ, ਇਸ ਪਾਸੇ ਖਿਆਲ ਇੰਨਾ ਜ਼ਿਆਦਾ ਨਹੀਂ ਕੀਤਾ ਗਿਆ ਜਿੰਨਾ ਕਰਨਾ ਚਾਹੀਦਾ ਸੀ। ਬੇਸ਼ੱਕ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਅਖਬਾਰਾਂ ਦੇ ਵਿੱਚ ਕਈ ਵਾਰੀ ਜਿਹੜੇ ਸੀਗੇ ਛੋਟੇ ਛੋਟੇ ਪ੍ਰਤੀਕਰਮ ਜਾਂ ਲੇਖ ਛਪਦੇ ਸੀ। ਦੂਸਰੀ ਗੱਲ ਸਭ ਤੋਂ ਅਹਿਮ ਇਹ ਸੀ ਕਿ ਜਿਹੜਾ 84 ਤੋਂ ਬਾਅਦ ਦਾ ਘਟਨਾਕ੍ਰਮ ਹੈ, ਉਦੋਂ ਖਾਸ ਕਰਕੇ ਜਿਹੜੀ ਸਿੱਖ ਮਾਨਸਿਕਤਾ ਹੈ, ਉਹਦੇ ਮਨ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਗਾਇਕੀ ਹੈ ਜਿਹਦਾ ਰੂਪ ਹੁਣ ਸਾਡੇ ਸਾਹਮਣੇ ਆ ਰਿਹਾ ਹੈ, ਇਹਦੇ ਨਾਲੋਂ ਜ਼ਿਆਦਾ ਵੱਡੀ ਚੁਣੌਤੀ ਸੀ ਇਵੇਂ ਦੀ ਗਾਇਕੀ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਅਸ਼ਲੀਲਤਾ ਵਾਲੇ ਪਾਸੇ ਲੈ ਕੇ ਜਾ ਰਹੀ ਸੀ, ਜਾਂ ਕਹਿ ਸਕਦੇ ਹਾਂ ਕਿ ਜਿਹੜੇ ਦੋ ਅਰਥੇ ਸਵਾਂਦ ਜਿਸ ਤਰ੍ਹਾਂ ਦੇ ਸਿਰਜੇ ਜਾ ਰਹੇ ਸੀ, ਅਤੇ ਪੰਜਾਬ ਦੇ ਜਿਹੜੇ ਸਮਾਜਿਕ ਜੀਵਨ ਦੇ ਵਿੱਚ ਜਿਹੜੀਆਂ ਨੈਤਿਕ ਰਿਸ਼ਤੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਬਰਬਾਦ ਜਾਂ ਬਦਨਾਮ ਕੀਤਾ ਜਾ ਰਿਹਾ ਸੀ। ਸੋ ਕਿਤੇ ਨਾ ਕਿਤੇ ਉਸ ਸਮੇਂ ਸੰਘਰਸ਼ਸ਼ੀਲ ਨੌਜਵਾਨੀ ਦੀ ਜਿਹੜੀ ਸੁਰਤ ਹੈ, ਉਹਨਾਂ ਨੂੰ ਨਕੇਲ ਪਾਉਣ ਤੱਕ ਸੀਮਤ ਜ਼ਰੂਰ ਸੀ ਕਿ ਅਜਿਹੀ ਅਸ਼ਲੀਲ ਸ਼ਬਦਾਵਲੀ ਗਾਇਕੀ ਦੇ ਵਿੱਚ ਨਾ ਵਰਤੀ ਜਾਵੇ ਜਿਹੜੀ ਇੱਕ ਸੱਭਿਅਕ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਯੋਗ ਨਾ ਹੋਵੇ, ਔਰ ਦੂਸਰੀ ਗੱਲ ਕਿ ਇਤਰਾਜ਼ ਯੋਗ ਹੋਵੇ। ਸੋ ਇਸ ਕਰਕੇ ਇਹਦਾ ਕਹਿ ਸਕਦੇ ਹੋ ਕਿ ਨਤੀਜਾ ਇਹ ਨਿਕਲਿਆ ਕਿ ਜਿਹੜੀ ਇਸ ਤਰ੍ਹਾਂ ਦੀ ਗਾਇਕੀ ਸੀ, ਜਿਸ ਤਰ੍ਹਾਂ ਦੀ ਗਾਇਕੀ ਦਾ, ਗੁਰਦਾਸ ਮਾਨ ਦੀ ਗਾਇਕੀ ਦਾ ਜਿਹੜਾ ਰੂਪ ਸਾਡੇ ਸਾਹਮਣੇ ਆ ਰਿਹਾ ਹੈ, ਤੇ ਸੂਖਮ ਰੂਪ ਦੇ ਵਿੱਚ ਇਹ ਉਦੋਂ ਵੀ ਹਮਲਾਵਰ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰ ਇਹਦੀ ਪ੍ਰਵਾਨਗੀ ਇਸ ਕਰਕੇ ਹੋ ਗਈ ਕਿ ਸਿੱਖ ਅਤੇ ਖਾਸ ਕਰਕੇ ਪੰਜਾਬੀਅਤ ਨੇ ਥੋੜ੍ਹਾ ਜਿਹਾ ਇੱਕ ਲਚਕੀਲਾਪਨ ਇਸ ਕਰਕੇ ਵਰਤਿਆ ਕਿ ਕਿਤੇ ਨਾ ਕਿਤੇ ਪੰਜਾਬ ਦੀ ਜਾਂ ਪੰਜਾਬੀਅਤ ਦੀ ਸ਼ਾਇਦ ਸੇਵਾ ਹੋ ਰਹੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਕੋਈ ਵਿਅਕਤੀ ਪੰਜਾਬੀ ਬੋਲੀ ਦੀ ਸੇਵਾ ਦੀ ਗੱਲ ਕਰਦਾ ਹੈ ਜਾਂ ਇਹ ਪ੍ਰਗਟਾਵਾ ਕਰਦਾ ਹੈ ਕਿ ਮੈਂ ਤਾਂ ਇੱਕ ਖਾਸ ਤਰ੍ਹਾਂ ਦੇ ਨਾਲ ਮੰਚਾਂ ਦੇ ਉੱਪਰ ਗਾਇਕੀ ਦੇ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ, ਅਤੇ ਉਸ ਨੂੰ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਕਿਸੇ ਵੀ ਕੌਮੀਅਤ ਦੀਆਂ ਧਾਰਮਿਕ ਮਾਨਤਾਵਾਂ ਉੱਪਰ ਆਪਣਾ ਹਮਲਾਵਰ ਰੁੱਖ ਜਿਹੜਾ ਉਹ ਅਖਤਿਆਰ ਕਰੇ। ਜਦੋਂ
मैं पिछोकड़ दे विच फिर जाना है कि उन्होंने हालातों को समझने की लोड़ है कि जदों धार्मिक तौर पर कितना कित रूप से टिप्पणियां उदों भी की जाती सी जिवें इहदे गीतां दे विच कोई गुरद्वारे मिलता है जां फिर मुंडे कुड़ियां नूं सब माफ़ होना चाहिए फिर घर की शराब अपना पंजाब जिन्नियां भी इवें दीआं शब्दावलियां आईआं कितें ना कितें उन्हां दे विच इतराज़ योग तत्थ मौजूद जरूर सन पर जिहड़ा उहदा प्रगट रूप अज साडे सामने आया है उहदे बारे क्या सराइयां नहीं सी लगाईआं जा सकदीआं। इन्ना जरूर सी कि उदों भी जिहड़ा इस तरह की गायकी का गंभीर चिंतन करन वाला वर्ग सी उह गाहे बगाहे पंजाब दे चंगे पाठकां नूं जागरूक जरूर करता सी सुचेत जरूर करता सी कि जिहड़े गायकी दे विच जिहड़े बिंब जां जिहड़े रूप सिरजे जा रहे ने आउण वाले समय दे विच इक वड्डी समस्या दे रूप च तुहाडे सामने उह आउणगे। उस तो बाद जिहड़ा बाद दा दौर है 90 तो बाद दा दौर जेकर उस दौर की गल करिए जदों पंजाब दीआं संघर्षशील धिरां जिहड़ियां ने वह किसी ना किसी रूप दे विच कह सकते हो कि अपने जवाल वाले पासे सन कह सकते हो कि घाटे वाले पासे सन तो उन्हां समयां दे विच जिस तरह के नाल सरकारी पैसे दे नाल पुलिस महकमे दे वल्लों सभ्याचारक मेलियां दे नाम दे उपर अजिही गायकी नूं प्रमोट किया गया जिस तरह के नाल कह सकते हो कि इन्हां नूं स्टेजां दे उपरों मानता दित्ती गई ते सरकारी पैसे दे नाल मानता दित्ती गई शायद ये भी एक कह सकते हो कि समय दे जां उस टाइम पीरियड दे विच एक वक्खरा रूप सी कि जदों स्टेट जिहड़ी है वह इहो जिहियां चीज़ां नूं खुद जिहड़ी है उत्साहित कर रही है और खास करके उन्हां चीज़ां नूं जिन्हां चीज़ां दे विच जां जिहड़ी गीतकारी दे विच नशियां दी खुल के जिहड़ी गल है वह हो रही सी। फिर अगली गल आ जांदी है कि पंजाब दे ਉਹ ਡੇਰੇਦਾਰ ਵਰਗ ਜਿਹੜਾ ਕਿਤੇ ਵੀ ਜਿਹੜੀਆਂ ਪੰਜਾਬ ਦੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਦੀ ਰਖਵਾਲੀ ਦਾ ਜਾਮਨ ਨਹੀਂ ਹੈਗਾ ਜਾਂ ਕਿਤੇ ਨਾ ਕਿਤੇ ਉਹਦੇ ਵਿਰੋਧ ਦੇ ਵਿੱਚ ਖੜਾ ਜਾਂ ਉਹ ਖੁਦ ਨਸ਼ਿਆਂ ਦੇ ਵਿੱਚ ਗਲਤਾਨ ਹੈ ਜਿੱਥੋਂ ਪੰਜਾਬ ਦੀ ਨੌਜਵਾਨੀ ਕੋਈ ਵੀ ਸੁਹਿਰਦ ਅਤੇ ਸੁਚੱਜੀ ਸੇਧ ਨਹੀਂ ਲੈ ਜਾ ਸਕਦੀ ਔਰ ਖਾਸ ਕਰਕੇ ਨਸ਼ੇ ਵੀ ਉਹ ਤੰਬਾਕੂ ਵਰਗੇ ਨਸ਼ੇ ਜਿਨ੍ਹਾਂ ਦੇ ਬਾਰੇ ਸਾਡੀ ਸਾਰੀ ਇਸ ਪੰਜਾਬ ਦੇ ਵਿੱਚ ਵਸਣ ਵਾਲੀ गैर सिख कौमियतां जिहड़ियां ने उह वी जाणदियां ने कि सिख धर्म दे विच तंबाकू दी बिल्कुल बनाही है पर जिहड़े अजिहे कह सकदे हो कि डेरेदार जां इहो जे जिहड़ियां कह सकदे हो कि थावां जिथे चिलमां जिथे सुलफे जिथे पोस्त जां इवें दे नशे जिहड़े सीगे उहनां दी वरतों शरेआम हुंदी है खुल्लेआम हुंदी है उत्थे जा के इहनां दा जां अजिहे लोकां दा जा के उत्थे मंच दे उपरों संबोधित होना खास करके जदों नौजवानी दा एक वर्ग जिहड़ा कि कह सकदे आ कि कौम दी विचारधारा तो सचेत नहीं हुंदा पर किते ना किते उच उहदे अचेत मन दे अंदर जदों इवें दे रोल मॉडल जिहड़े ने उह सिरजे जांदे ने ते उही जदों जा के नशा करन वाले जिहड़े कह सकदे हो कि अखौती डेरेदार ने जदों उहनां दी तारीफ करनगे उहनां दे सोहले गाउणगे तां किते ना किते नौजवानां दी मानसिक सत्ता दे उपर इस दा असर जरूर होवेगा। उस तो बाद भी जदों इस गायक दीआं बहुत सारीआं तस्वीरां कई देहधारी नशे करन वाले जां फिर इत्थों तक के पंजाब दी शांति नूं अग लाउण वाले जिस तरह गुरमीत राम रहीम जिहड़ा झूठे सौदे वाला सी उहनां दे नाल जदों फोटोआं प्रकाशित होईआं तां उदों भी कुछ नौजवानां ने जां कुछ गंभीर चिंतकां ने इस पासे वल ध्यान उदों भी नौजवानी दा दवाया कि इह जिहड़े गायक ने किते ना किते पंजाब दी नौजवानी नूं गलत पासे जां गलत मार्ग दे उपर लिजा रहे ने पर फिर भी इस गायक दे वल्लों जिहड़ी शब्दावली वरती गई अपने गीतां दे विच वैसे तां तुसीं जिन्नियां भी कह सकदे हो कि इस गायक ने हुण तक इन्हें जिन्नियां भी इवें दे कह सकदे हो कि किसी ना किसी रूप दे विच विचारधारक पक्ष दे उपर जां पंजाबी बोली दे उपर हमले कीते ने उहदे तों बाद जदों भी उन्हां दे खिलाफ कोई प्रतिक्रम पैदा होया तां उस प्रतिक्रम दे जवाब दे विच इस दा रुख हमेशा हमलावर रहा है इन्हें कदी भी हलीमी दे नाल उस गलती नूं स्वीकारन दा यतन नहीं कीता कि ठीक है मेरे कोलों मंच उपरों गलती हो गई है जां मेरी किसी शब्दावली दे नाल किसी कौमियत दे जिहड़े जज्बात ने उह भड़के ने ते मैं उन्हां दी माफ़ी मंगदा है बल्कि इन्हें अपनी शब्दावली दे विच मिसाल दे तौर ते जोगिया गीत दे विच किस तरह दे नाल
13-13 शब्द जिहड़ा सिख दी सुरत दे विच गुरु नानक साहब दे 13-13 तोलन करके जुड़िया होया सी उहदे उपर एक सीधी चोट करनी कि तेरे वास्ते 13-13 है मेरे वास्ते 26 ठीक है। कौम दे विच बहुत सारे ऐसे चेतन ज़हनीयत वाले नौजवान वीर ने जिहड़े उस हर सूखम वार नूं समझदे ने। इह गल वक्खरी है कि जदों एक वड्डा हिस्सा इन्हां गायकां दा ही मुरीद बन जांदा है तां किते ना किते ਉਹ ਜਿਹੜੇ ਨੌਜਵਾਨ ਨੇ ਆਪਣੀਆਂ ਭਾਵਨਾਵਾਂ ਸੋਸ਼ਲ ਮੀਡੀਆ ਦੇ ਉੱਪਰ ਤਾਂ ਪ੍ਰਗਟ ਕਰਦੇ ਨੇ ਪਰ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਭੁਗਤਾ। ਅਕਸਰ ਇਹ ਕਹਿ ਦਿੱਤਾ ਜਾਂਦਾ ਜੀ ਉਹ ਕਿਹੜੇ ਧਾਰਮਿਕ ਪ੍ਰਚਾਰਕ ਨੇ ਜੀ ਉਹਨਾਂ ਨੂੰ ਕਿਹੜਾ ਧਰਮ ਦਾ ਪਤਾ ਹੈ ਜੀ ਉਹ ਤਾਂ ਪੈਸੇ ਲੈ ਕੇ ਡੇਰਿਆਂ ਦੇ ਉੱਪਰ ਗਾਉਂਦੇ ਨੇ। ਧਾਰਮਿਕ ਪ੍ਰਚਾਰਕ ਨਹੀਂ ਹੈਗੇ ਗਾਇਕ ਨੇ ਪੈਸੇ ਲੈ ਕੇ ਡੇਰਿਆਂ ਦੇ ਉੱਪਰ ਗਾਉਂਦੇ ਨੇ ਪਰ ਇਹਦੇ ਨਾਲ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਕਿਸੇ ਕੌਮ ਦੀ ਵਿਚਾਰਧਾਰਾ ਦੇ ਉੱਪਰ ਇਵੇਂ ਦੇ ਬੋਧਿਕ ਜਾਂ ਫਿਰ ਇਵੇਂ ਦੇ ਕਹਿ ਸਕਦੇ ਹੋ ਕਿ ਵਿਚਾਰਧਾਰਕ ਹਮਲੇ ਕਰਨੇ ਜਿਹੜੇ ਆ ਉਹ ਸ਼ੁਰੂ ਕਰ ਦੇਣ। ਔਰ ਹਮੇਸ਼ਾ ਹੀ ਜਦੋਂ ਵੀ ਨੌਜਵਾਨੀ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਨੂੰ ਵਰਜਣ ਦੀ ਕੋਸ਼ਿਸ਼ ਕੀਤੀ ਹੈ ਇਹਨੇ ਉਸੇ ਤਰ੍ਹਾਂ ਦੇ ਨਾਲ ਦੋ ਰੂਪ ਪ੍ਰਗਟ ਕੀਤੇ ਨੇ। ਇੱਕ ਤਾਂ ਜੀ ਮੈਂ ਪੰਜਾਬੀਅਤ ਦੀ ਸੇਵਾ ਕਰ ਰਿਹਾ ਅਤੇ ਦੂਜਾ ਆਪਣੀ ਗਾਇਕੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਅਸਿੱਧੇ ਰੂਪ ਦੇ ਵਿੱਚ ਨਿਸ਼ਾਨਾ ਜ਼ਰੂਰ ਬਣਾਇਆ ਗਿਆ। ਮੈਂ ਇੱਕ ਹੋਰ ਵੀ ਦੱਸ ਦੇਵਾਂ ਕਿ ਇਹਦੇ ਵਿੱਚ ਵੀ ਇੱਕ ਕੌਮੀਅਤ ਨੂੰ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਨੂੰ ਬਰਕਰਾਰ ਰੱਖ ਕੇ ਇੱਕ ਸੰਗਠਨ ਚੇਤਨਤਾ ਦੇ ਰੂਪ ਦੇ ਵਿੱਚ ਇਸ ਸਾਰੇ ਮਸਲੇ ਨੂੰ ਵਿਚਾਰਨ ਦੀ ਜ਼ਰੂਰ ਲੋੜ ਹੈ। ਸ਼ਾਇਦ 2000 ਦੀ ਗੱਲ ਹੈ ਜਦੋਂ ਇਸ ਨੇ ਇੱਕ ਆਪਣੇ ਗੀਤ ਦੇ ਵਿੱਚ ਕੁਛ ਇਵੇਂ ਦੀਆਂ ਲਾਈਨਾਂ ਵਰਤੀਆਂ ਸੀਗੀਆਂ ਸ਼ਾਇਦ ਸਾਧਾ ਇਸ ਤਰ੍ਹਾਂ ਕਰਕੇ ਸੰਬੋਧਨ ਕੀਤਾ ਸੀ ਕਿ ਦੱਸੋ ਲੁੱਚਿਆ ਸਾਧਾ ਅਤੇ ਜਿਹੜੇ ਸਾਡੇ ਹਿੰਦੂ ਵੀਰ ਨੇ ਉਹਨਾਂ ਨੂੰ ਇੰਝ ਲੱਗਾ ਸੀ ਕਿ ਇਹ ਜਿਹੜੀਆਂ ਲਾਈਨਾਂ ਨੇ ਇਹ ਕਿਤੇ ਨਾ ਕਿਤੇ ਪਾਰਵਤੀ ਔਰ ਸ਼ਿਵਜੀ ਨੂੰ ਸੰਬੋਧਿਤ ਕਰਕੇ ਕਹੀਆਂ ਗਈਆਂ ਨੇ। ਤਾਂ ਉਸ ਸਮੇਂ ਬੇਸ਼ੱਕ ਉਹਨਾਂ ਦੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ ਸੀ ਆਪਸ ਦੇ ਵਿੱਚ ਵੀ ਉਹਨਾਂ ਦੀ ਕੋਈ ਸੁਰਤਾ ਜਾਂ ਇੱਕ ਸੁਰਤਾ ਨਹੀਂ ਸੀ ਹੈਗੀ ਪਰ ਇਹਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਪ੍ਰਤੀਕਰਮ ਸੀ ਇਹਦੇ ਖਿਲਾਫ ਇੰਨਾ ਤਿੱਖਾ ਸੀ ਕਿ ਇਸ ਨੂੰ ਜਿੱਥੇ ਜਿਹੜੀ ਕੰਪਨੀ ਨੇ ਉਹ ਇਸਦਾ ਗੀਤ ਰਿਕਾਰਡ ਕੀਤਾ ਸੀ ਉਹਨੂੰ ਆਪਣੀਆਂ ਸ਼ਾਇਦ ਉਹਨਾਂ ਦਿਨਾਂ 'ਚ CD ਜਾਂ ਕੈਸਟਾਂ ਸੀਗੀਆਂ ਜਿਹੜੀਆਂ ਉਹ ਵੀ ਵਾਪਸ ਲੈਣੀਆਂ ਪਈਆਂ ਸੀਗੀਆਂ ਔਰ ਉਹਦੇ ਨਾਲ ਨਾਲ ਜਨਤਕ ਤੌਰ 'ਤੇ ਜਿਹੜੀ ਹੈ ਉਹ ਮਾਫ਼ੀ ਵੀ ਮੰਗਣੀ ਪਈ ਸੀ। ਹੁਣ ਇੱਥੇ ਸਾਡੀ ਸਮੱਸਿਆ ਕਿੱਥੇ ਹੈ? ਸਾਡੀ ਧਾਰਮਿਕ ਸਮਾਜ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਦੋਂ ਇਸ ਨੇ ਵਿਦੇਸ਼ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕਰਦੇ ਹੋਏ ਇਸ ਨੇ ਇਹ ਕਹਿ ਦਿੱਤਾ ਕਿ ਰਾਸ਼ਟਰੀ ਭਾਸ਼ਾ ਜਿਹੜੀ ਉਹ ਪਹਿਲੇ ਨੰਬਰ ਦੇ ਉੱਪਰ ਹੈ। ਪਹਿਲੀ ਗੱਲ ਤਾਂ ਹੈ ਕਿ ਜਿਹੜੀ ਸਾਡੀ ਸਿੱਖ ਮਾਨਸਿਕਤਾ ਹੈ ਸਾਡੇ ਵਿੱਚ ਦੇਵ ਭਾਸ਼ਾ ਜਾਂ ਮਲੇਸ਼ ਭਾਸ਼ਾ ਵਾਲਾ ਕੋਈ ਇਵੇਂ ਦੀ ਗੱਲ ਨਹੀਂ ਹੈਗੀ। ਅਸੀਂ ਸਾਰੀਆਂ ਬੋਲੀਆਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਸਾਰੀਆਂ ਬੋਲੀਆਂ ਨੂੰ ਸਿੱਖਣ ਪਰ ਜਿਹੜੀ ਪੰਜਾਬੀ ਹੈ ਉਹ ਸਾਡੀ ਮਾਂ ਬੋਲੀ ਹੈ ਅਤੇ ਮਾਂ ਦੀ ਜਗ੍ਹਾ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਸੋ ਪਹਿਲੀ ਗੱਲ ਤਾਂ ਅਹਿਮ ਸੀ। ਦੂਜੀ ਗੱਲ ਸੀ ਕਈ ਵਾਰੀ ਜਦੋਂ ਇੱਕ ਬੰਨੇ ਜਿਹੜਾ ਵਿਅਕਤੀ ਮੰਚ ਦੇ ਉੱਪਰ ਇਹ ਦਾਅਵਾ ਕਰਦਾ ਹੈ ਕਿ ਉਹ ਮਾਂ ਬੋਲੀ ਦੀ ਸੇਵਾ ਕਰ ਰਿਹਾ ਅਤੇ ਮਾਂ ਬੋਲੀ ਕੀ ਹੁੰਦੀ ਹੈ ਅਤੇ ਮਾਂ ਬੋਲੀ ਦੀ ਸੇਵਾ ਕੀ ਹੁੰਦੀ ਹੈ, ਮੇਰੇ ਖਿਆਲ ਦੇ ਨਾਲ ਇਵੇਂ ਦੇ ਦਾਅਵੇਦਾਰਾਂ ਨੂੰ ਰਸੂਲ ਹਮਜ਼ਾ ਤੌਬ ਦੀ ਕਿਤਾਬ ਮੇਰਾ ਦਾਗਿਸਤਾਨ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਹਦੇ ਵਿੱਚ ਉਸਨੇ ਇੱਕ ਬੜਾ ਪਿਆਰਾ ਹਵਾਲਾ ਦਿੱਤਾ ਹੈ ਕਿ ਮੇਰੇ ਕਬੀਲੇ ਦਾ ਨੌਜਵਾਨ ਕਬੀਲੇ ਦੇ ਵਿੱਚੋਂ ਕਿਸੇ ਕਾਰਜ ਜਾਂ ਰੁਜ਼ਗਾਰ ਦੀ ਖੋਜ ਦੇ ਵਿੱਚ ਦੂਰ ਚਲਾ ਗਿਆ। ਕਹਿੰਦਾ ਬੜਾ ਸਮਾਂ ਵਾਪਸ ਨਾ ਆਇਆ ਅਤੇ ਬਾਪ ਵੀ ਉਡੀਕ ਦੇ ਵਿੱਚ ਪਰਮਾਤਮਾ ਨੂੰ ਪਿਆਰਾ ਹੋ ਗਿਆ, ਮਾਂ ਵੀ ਰੋ ਰੋ ਕੇ ਬੁੱਢੀ ਸੀ, ਬੁਰਾ ਹਾਲ ਹੋ ਗਿਆ। ਅਖੀਰ ਇਹ ਸਬਰ ਕਰ ਲਿਆ ਗਿਆ ਕਿ ਦੂਰ ਗਿਆ ਸੀ, ਸ਼ਾਇਦ ਉਹਦੀ ਮੌਤ ਹੋ ਗਈ ਹੈ, ਕਿਸੇ ਦੁਸ਼ਮਣ ਨੇ ਮਾਰ ਦਿੱਤਾ ਹੋਵੇਗਾ, ਕਿਤੇ ਜੰਗਲੀ ਜਾਨਵਰਾਂ ਨੇ ਉਸਨੂੰ ਜਾਨੋਂ ਮਾਰ ਦਿੱਤਾ ਹੋਵੇਗਾ। ਸੋ ਇਵੇਂ ਦੀਆਂ ਕਈ ਮਨ ਦੇ ਵਿੱਚ ਸੰਭਾਵਨਾਵਾਂ ਨੇ ਜਨਮ ਲਿਆ ਅਤੇ ਅਖੀਰ ਉਹਦੀਆਂ ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ ਕਬੀਲੇ ਦੇ ਵਿੱਚ ਕਿ ਉਹ ਦੁਨੀਆਂ ਦੇ ਵਿੱਚ ਨਹੀਂ ਹੈਗਾ। ਕਹਿੰਦਾ ਜਦੋਂ ਮੈਂ ਕਾਫੀ ਸਮੇਂ ਬਾਅਦ ਘੁੰਮਦਾ ਘੁੰਮਦਾ ਫਰਾਂਸ ਦੇ ਵਿੱਚ ਗਿਆ ਤਾਂ ਪੈਰਿਸ ਦੇ ਵਿੱਚ ਮੈਨੂੰ ਉਹਦੀ ਸ਼ਕਲ ਵਰਗਾ ਨੌਜਵਾਨ ਨਜ਼ਰ ਆਇਆ। ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਅਤੇ ਉਹਨੇ ਮੇਰੇ ਕਬੀਲੇ ਦੀ ਭਾਸ਼ਾ ਦੇ ਵਿੱਚ ਗੱਲ ਕੀਤੀ ਅਤੇ ਮੈਂ ਉਸਨੂੰ ਸਿਆਣ ਲਿਆ, ਉਸਨੂੰ ਪਛਾਣ ਲਿਆ। ਮੈਂ ਉਸਦੇ ਘਰ ਗਿਆ, ਉਹਦਾ ਵਿਆਹ ਹੋ ਚੁੱਕਾ ਸੀ, ਉਹਦੇ ਬੱਚੇ ਸੀ, ਪਰ ਉਹਦਾ ਪਹਿਰਾਵਾ ਹੁਣ ਸਾਡੇ ਕਬੀਲੇ ਵਾਲਾ ਨਹੀਂ ਸੀ, ਉਹਦਾ ਖਾਣ ਪੀਣ ਸਾਡੇ ਕਬੀਲੇ ਵਾਲਾ ਨਹੀਂ ਸੀ ਅਤੇ ਉਹ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਆਪਣੀ ਪਤਨੀ ਦੇ ਨਾਲ ਉਹਨਾਂ ਦੀ ਜਿਹੜੀ ਫਰੈਂਚ ਭਾਸ਼ਾ ਸੀ ਉਹਦੇ ਵਿੱਚ ਗੱਲ ਕਰ ਰਿਹਾ ਸੀ।
ਕਹਿੰਦਾ ਮੈਂ ਉਹਦੇ ਕੋਲ ਰਿਹਾ ਵੀ, ਮੈਨੂੰ ਖੁਸ਼ੀ ਵੀ ਹੋਈ, ਮੈਂ ਵਾਪਸ ਵੀ ਗਿਆ। ਕਹਿੰਦਾ ਜਾ ਕੇ ਜਦੋਂ ਮੈਂ ਉਸਦੀ ਮਾਂ ਨੂੰ ਦੱਸਿਆ, ਤਾਂ ਤੁਸੀਂ ਸੋਚੋ ਕਿ ਮਾਂ ਦੀ ਖੁਸ਼ੀ ਦਾ ਅੰਦਾਜ਼ਾ ਅਸੀਂ ਸ਼ਬਦਾਂ 'ਚ ਨਹੀਂ ਲਾ ਸਕਦੇ। ਜਿਸ ਮਾਂ ਨੂੰ ਇੰਨੇ ਲੰਬੇ ਚਿਰ ਬਾਅਦ ਪਤਾ ਲੱਗੇ ਕਿ ਮੇਰਾ ਪੁੱਤ ਜਿਉਂਦਾ, ਕਹਿੰਦਾ ਜਦੋਂ ਮੈਂ ਜਾ ਕੇ ਦੱਸਿਆ ਕਿ ਮਾਂ ਤੇਰਾ ਪੁੱਤ ਜਿਉਂਦਾ, ਬੜੀ ਖੁਸ਼, ਉਹਦੇ ਬੱਚੇ ਵੀ ਨੇ, ਉਹ ਵਿਆਹਿਆ ਵੀ ਗਿਆ, ਉਹ ਉੱਥੇ ਚੰਗਾ ਕਾਰੋਬਾਰ ਕਰਦਾ, ਉਹ ਸੌਖੀ ਰੋਟੀ ਖਾਂਦਾ। ਅਤੇ ਕਹਿੰਦਾ ਜਦੋਂ ਮੇਰੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲੀ ਨਾ ਕਿ ਮਾਂ ਹੁਣ ਉਹ ਸਾਡੇ ਕਬੀਲੇ ਦੀ ਬੋਲੀ ਨਹੀਂ ਬੋਲਦਾ, ਉਹ ਤਾਂ ਜਿਹੜੇ ਦੇਸ਼ 'ਚ ਰਹਿੰਦਾ ਹੈ ਨਾ, ਹੁਣ ਗੱਲ ਵੀ ਉਹਨਾਂ ਦੀ ਬੋਲੀ 'ਚ ਕਰਦਾ। ਅਤੇ ਕਹਿੰਦਾ ਮਾਂ ਦੇ ਸ਼ਬਦ ਸੀ ਅੱਗੇ ਤਾਂ ਮੇਰੀਆਂ ਯਾਦਾਂ 'ਚ ਜਿਉਂਦਾ ਸੀ, ਅੱਜ ਸੱਚਮੁੱਚ ਹੀ ਮਰ ਗਿਆ। ਜਿਸ ਨੂੰ ਮਾਂ ਦੀ ਬੋਲੀ ਭੁੱਲ ਗਈ, ਉਹ ਮੇਰੇ ਵਾਸਤੇ ਮਰ ਗਿਆ। ਸੋ ਹੁਣ ਸਾਡੀ ਸਮੱਸਿਆ ਕਿੱਥੇ ਹੈ ਕਿ ਜਦੋਂ ਮਾਂ ਬੋਲੀ ਦੇ ਬਾਰੇ ਇਵੇਂ ਦੇ ਸ਼ਬਦ ਵਰਤੇ, ਅਤੇ ਉੱਥੋਂ ਦੇ ਵਿਦੇਸ਼ੀ ਮੰਚ ਦੇ ਉੱਪਰ ਹੀ ਕੁਝ ਗੈਰਤਮੰਦ ਪੰਥਕ ਵੀਰਾਂ ਨੇ, ਜਿਨ੍ਹਾਂ ਵਿੱਚ ਸਰਦਾਰ ਚਰਨਜੀਤ ਸਿੰਘ ਹੁਣੀ ਸੀਗੇ, ਮੇਰੇ ਬੜੇ ਚੰਗੇ ਦੋਸਤ ਨੇ, ਉਹਨਾਂ ਨੇ ਵਿਰੋਧ ਵੀ ਕੀਤਾ। ਅਤੇ ਉਸ ਵਿਰੋਧ ਦੇ ਦੌਰਾਨ ਵੀ ਬਜਾਏ ਜਿਸ ਗੱਲ ਨੂੰ ਬੜੀ ਸੋਹਣੀ ਸ਼ਬਦਾਵਲੀ ਦੇ ਨਾਲ ਕਿਹਾ ਜਾ ਸਕਦਾ ਸੀਗਾ ਕਿ ਠੀਕ ਹੈ, ਮਨੁੱਖ ਦੇ ਕੋਲੋਂ ਗਲਤੀ ਹੋ ਜਾਂਦੀ ਹੈ ਜਾਂ ਮੇਰੇ ਕੋਲੋਂ ਵੀ ਹੋ ਗਈ, ਬਜਾਏ ਇਸ ਗੱਲ ਦੇ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਕੀਤੀ ਗਈ ਟਿੱਪਣੀ ਦੇ ਉੱਪਰ ਖਿਮਾ ਜਾਚਨਾ ਕੀਤੀ ਜਾਂਦੀ, ਜਿਹੜੀ ਸ਼ਬਦਾਵਲੀ ਵਰਤੀ ਗਈ ਉਹ ਅੱਤ ਦਰਜੇ ਦੀ ਘਟੀਆ ਔਰ ਅਸ਼ਲੀਲ ਸੀ। ਖੈਰ, ਉਸ ਤੋਂ ਬਾਅਦ ਕਿਤੇ ਨਾ ਕਿਤੇ ਸਾਡੀਆਂ ਸਿੱਖ ਜਾਂ ਪੰਥਕ ਸਫਾਂ ਦੇ ਵਿੱਚ ਇਸ ਗੱਲ ਦਾ ਬਹੁਤ ਸਾਰਾ ਵਿਰੋਧ ਵੀ ਹੋਇਆ। ਪਰ ਸਮੱਸਿਆ ਉਦੋਂ ਆ ਗਈ ਜਦੋਂ ਇਹ ਹਿੰਦੁਸਤਾਨ ਵਾਪਸ ਆਇਆ ਅਤੇ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਬਕਾਇਦਾ ਤੌਰ 'ਤੇ ਇਸ ਨੂੰ ਸਿਰਪਾਓ ਦਿੱਤਾ, ਜਾਂ ਫਿਰ ਕਹਿ ਸਕਦੇ ਹੋ ਕਿ ਆਦਰ ਮਾਣ ਦਿੱਤਾ। ਸੋ ਇਹ ਜਿਹੜੀ ਸਮੱਸਿਆ ਸਾਡੇ ਵਾਸਤੇ ਸਭ ਤੋਂ ਵੱਡੀ ਸਮੱਸਿਆ ਇਸ ਕਰਕੇ ਹੈ ਕਿ ਜਦੋਂ ਕੋਈ ਵੀ ਵਿਅਕਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀ ਧਰਮ ਜਾਂ ਸਾਡੀ ਵਿਚਾਰਧਾਰਾ ਦੇ ਉੱਪਰ ਕਿਤੇ ਨਾ ਕਿਤੇ ਹਮਲਾ ਕਰਦਾ, ਅਸੀਂ ਧਾਰਮਿਕ ਤੌਰ 'ਤੇ ਉਸ ਨੂੰ ਇੱਕ ਸਵੀਕਾਰਤਾ ਦੇ ਦਿੰਦੇ ਹਾਂ। ਅਸੀਂ ਇੰਨੀ ਜ਼ਿਆਦਾ ਇਲਾਸਟੀਸਿਟੀ ਜਾਂ ਇੰਨੀ ਜ਼ਿਆਦਾ ਲਚਕੀਲਾਪਨ ਵਰਤਦੇ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੈ, ਉਹ ਕਹਿੰਦਾ ਇਹ ਤਾਂ ਕੋਈ ਸਮੱਸਿਆ ਨਹੀਂ ਹੈ, ਅੱਜ ਸਿੱਖਾਂ ਦੇ ਖਿਲਾਫ ਬੋਲ ਲਓ, ਵੱਡੀ ਤੋਂ ਵੱਡੀ ਗੱਲ ਕੱਲ੍ਹ ਨੂੰ ਸੋਸ਼ਲ ਮੀਡੀਆ ਦੇ ਉੱਪਰ ਹੱਥ ਜੋੜ ਕੇ ਮਾਫ਼ੀ ਮੰਗ ਲਓ। ਸੋ ਪਰ ਜਿਹੜੀ ਹੁਣ ਜਿਹੜੀ ਸਾਰੀ ਤੁਸੀਂ ਘਟਨਾਕ੍ਰਮ ਵੇਖ ਰਹੇ ਹੋ, ਜਿਹਦੇ ਵਿੱਚ ਇਸ ਨੇ ਨਕੋਦਰ ਵਾਲੇ ਜਿਹੜੇ ਡੇਰੇਦਾਰ ਨੇ ਉਹਨਾਂ ਨੂੰ ਗੁਰੂ ਸਾਹਿਬ ਦੀ, ਗੁਰੂ ਅਮਰਦਾਸ ਪਾਤਸ਼ਾਹ ਦੀ ਵੰਸਾਵਲੀ ਦੇ ਨਾਲ ਜੋੜਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਨੂੰ ਇੱਕ ਵੀਰ ਨੇ ਇੱਕ ਥੋੜ੍ਹੀ ਜਿਹੀ ਜਾਣਕਾਰੀ ਭੇਜੀ ਕਿ ਇਹ ਜਿਹੜਾ ਉੱਥੋਂ ਦੇ ਜਿਹੜੇ ਡੇਰੇਦਾਰ ਨੇ, ਜਿਨ੍ਹਾਂ ਦੇ ਵਿੱਚ ਇੱਕ ਤਾਂ ਮੇਰੇ ਖਿਆਲ ਦੇ ਨਾਲ ਮੁਰਾਦ ਸ਼ਾਹ ਹੈ, ਦੂਸਰਾ ਲਾਡੀ ਸ਼ਾਹ ਹੈ, ਅਤੇ ਇਹ ਹੈਗੇ ਭੱਲੇ ਪਰਿਵਾਰ ਦੇ ਵਿੱਚੋਂ ਹੈ। ਜਿਹੜਾ ਮੁਰਾਦ ਸ਼ਾਹ, ਇਸ ਦਾ ਨਾਮ ਸ਼ਾਇਦ ਵਿਦਿਆ ਸਾਗਰ ਭੱਲਾ ਸੀ, ਅਤੇ ਦੂਜੇ ਦਾ ਨਾਮ ਜਿਹੜਾ ਉਹ ਵਿਜੇ ਕੁਮਾਰ ਭੱਲਾ ਹੈ। ਹੁਣ ਜਿਹੜੇ ਆਪਣੇ ਉਸ ਧਾਰਮਿਕ ਜਾਂ ਉਸ ਪਰਿਵਾਰਕ ਅਕੀਦੇ ਨੂੰ ਛੱਡ ਕੇ ਇੱਕ ਕਬਰ ਦੇ ਉੱਪਰ ਇੱਕ ਤਰ੍ਹਾਂ ਦੇ ਮਜ਼ਾਵਰ ਬਣ ਕੇ ਬੈਠੇ ਨੇ, ਨਸ਼ੇ ਦੀ ਸ਼ਰੇਆਮ ਵਰਤੋਂ ਕਰ ਰਹੇ ਨੇ, ਅਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਨਾ ਜਾਂ ਗੁਰੂ ਸਾਹਿਬ ਦੇ ਵੰਸ਼ 'ਚ ਕਹਿਣਾ, ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਇਸ ਨੂੰ ਇਤਿਹਾਸ ਤਾਂ ਪੜ੍ਹ ਲੈਣਾ ਚਾਹੀਦਾ ਸੀ ਕਿ ਗੁਰੂ ਸਾਹਿਬ ਦੀ ਬੰਸਾਵਲੀ ਦੇ ਨਾਲ ਜੋੜਨ ਤੋਂ ਪਹਿਲਾਂ, ਔਰ ਖਾਸ ਕਰਕੇ ਫਿਰ ਉਸੇ ਸਮੇਂ ਉਸੇ ਗੁਰੂਦੇਵ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੀ ਉਚਾਰੀ ਹੋਈ ਬਾਣੀ ਆਨੰਦ ਸਾਹਿਬ ਦੀ, ਕਹਿ ਸਕਦੇ ਹੋ ਕਿ ਪਹਿਲੀ ਪੌੜੀ ਦਾ ਉਚਾਰਨ ਕਰਕੇ ਇਸ ਗੱਲ ਦੇ ਉੱਪਰ ਮੋਹਰ ਵੀ ਲਾ ਦੇਣੀ ਕਿ ਇਹ ਸੱਚਮੁੱਚ ਹੀ ਉਸ ਬੰਸਾਵਲੀ ਦੇ ਵਿੱਚੋਂ ਹੈ, ਅਤੇ ਮੈਂ ਇਹਨਾਂ ਦੀ ਉਸਤਤ ਦੇ ਵਿੱਚ ਇਹਨਾਂ ਨੂੰ ਇੱਕ ਸੱਚੇ ਮੁਰਸ਼ਿਦ ਜਾਣ ਕੇ ਇਹ ਸਭ ਕੁਛ ਜਿਹੜਾ ਉਹ ਬੋਲ ਰਿਹਾ, ਅਤੇ ਮੇਰੇ ਖਿਆਲ ਦੇ ਨਾਲ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਜਾਣ ਬੁੱਝ ਕੇ ਭੜਕਾਉਣ ਵਾਲੀ ਗੱਲ ਸੀ। ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਇੱਕ ਕਿਸਾਨ ਸੰਘਰਸ਼ ਦੇ ਵਿੱਚ ਵੀ ਗਿਆ ਸੀ, ਤਾਂ ਮੈਨੂੰ ਉਸ ਸਾਰੇ ਘਟਨਾਕ੍ਰਮ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ। ਤਾਂ ਉਸ ਵੇਲੇ ਜਦੋਂ ਇਹਦੇ ਆਮਦ ਦੇ ਬਾਰੇ ਮੇਰੇ ਕੁਛ ਦੋਸਤਾਂ ਦੇ ਨਾਲ ਸੰਪਰਕ ਕੀਤਾ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਨਤਕ ਤੌਰ ਦੇ ਉੱਪਰ ਮਾਫ਼ੀ ਮੰਗ ਲਓ, ਤੇਰੇ ਮਾਫ਼ੀ ਮੰਗਣ ਤੋਂ ਬਾਅਦ ਅਸੀਂ ਜਿਹੜੀਆਂ ਧਿਰਾਂ ਨਾਰਾਜ਼ ਨੇ ਉਹਨਾਂ ਦੇ ਨਾਲ ਗੱਲ ਜਿਹੜੀ ਆ ਉਹ ਸ਼ੁਰੂਆਤ ਕਰ ਸਕਦੇ ਹਾਂ। ਜਿਸ ਤਰ੍ਹਾਂ ਚਰਨਜੀਤ ਸਿੰਘ ਹੋਣੀ ਸੀਗੇ ਕਿ ਚਲੋ ਜੇ ਬੰਦੇ ਕੋਲ ਗਲਤੀ ਹੋ ਗਈ ਹੈ, ਥੋੜ੍ਹੀ ਅਪਸ਼ਬਦਾਵਲੀ ਵਰਤੀ ਗਈ ਹੈ, ਅਤੇ ਚਲੋ ਹੁਣ ਮਾਫ਼ ਕਰ ਦਿੱਤਾ ਜਾਵੇ ਜੇ ਬੰਦਾ ਮਾਫ਼ੀ ਮੰਗਦਾ। ਪਰ ਇਹਦੇ ਬਾਵਜੂਦ ਵੀ ਪੰਜਾਬੀ ਮਾਂ ਬੋਲੀ ਦੇ ਬਾਰੇ ਅਜਿਹੀ ਸ਼ਬਦਾਵਲੀ ਵਰਤਣ ਤੋਂ ਬਾਅਦ, ਜਾਂ ਫਿਰ ਇਹਦੀ ਸ਼ਬਦਾਵਲੀ ਦੇ ਪ੍ਰਤੀ
ਕਰਮ ਦੇ ਵਿੱਚ ਜਿਹੜੇ ਵੀਰਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਮੰਚ ਦੇ ਉੱਪਰੋਂ ਉਹਨਾਂ ਦੇ ਪ੍ਰਤੀ ਇੰਨੀ ਅਸ਼ਲੀਲ ਸ਼ਬਦਾਵਲੀ ਵਰਤਣ ਤੋਂ ਬਾਅਦ ਵੀ ਇਸ ਨੇ ਜਨਤਕ ਤੌਰ 'ਤੇ ਖਿਮਾ ਜਾਚਨਾ ਤਾਂ ਕੀ ਕਰਨੀ ਸੀ, ਉਲਟਾ ਇਹ ਕਿਸਾਨ ਉਸ ਸੰਘਰਸ਼ ਦੇ ਵਿੱਚ ਆਇਆ ਜਿੱਥੇ ਫਿਰ ਨੌਜਵਾਨਾਂ ਦੇ ਵਿਦਰੋਹ ਅਤੇ ਵਿਰੋਧ ਦੇ ਕਰਕੇ ਇਹਨੂੰ ਮੰਚ ਦੇ ਉੱਪਰੋਂ ਬੋਲਣ ਦਾ ਮੌਕਾ ਜਿਹੜਾ ਸੀ ਉਹ ਨਾ ਦਿੱਤਾ ਗਿਆ। ਪਰ ਜਿਹੜੀ ਹੁਣ ਇਸ ਨੇ ਕਹਿ ਸਕਦੇ ਹੋ ਕਿ ਸਿੱਖਾਂ ਦੀ ਮਾਨਸਿਕਤਾ ਦੇ ਉੱਪਰ ਜਿਹੜਾ ਇੰਨਾ ਘਟੀਆ ਦਰਜੇ ਦਾ ਹਮਲਾ ਕੀਤਾ, ਮੈਂ ਪਹਿਲਾਂ ਵੀ ਇਸ ਗਾਇਕ ਦੀ ਜੇ ਤੁਸੀਂ ਉਹ ਇਸ ਮਾਨਸਿਕਤਾ ਨੂੰ ਵੇਖੋ ਤਾਂ ਤੁਸੀਂ ਵੇਖੋਗੇ ਕਿ ਜਦੋਂ ਵੀ ਇਹ ਕਿਤੇ ਨਾ ਕਿਤੇ ਕੋਈ ਇਵੇਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਰਵਾਈ ਜਾਂ ਕਾਰਜ ਕਰਦਾ ਹੈ ਅਤੇ ਜਦੋਂ ਵੀ ਕੌਮੀਅਤ ਦਾ ਕੋਈ ਪੱਖ ਲਿਖਤੀ ਰੂਪ ਦੇ ਵਿੱਚ ਬੋਲਣ ਦੇ ਰੂਪ ਦੇ ਵਿੱਚ ਇਹਦੀ ਵਿਰੋਧਤਾ ਕਰਦਾ ਹੈ ਅਤੇ ਉਸ ਤੋਂ ਬਾਅਦ ਇਹਦੇ ਗੀਤ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਹਮਲਾਵਰ ਰੁੱਖ ਜਿਹੜਾ ਉਹ ਜ਼ਰੂਰ ਹੁੰਦਾ ਹੈ। ਸੋ ਮੈਂ ਚਾਹੁੰਦਾ ਕਿ ਇੱਕ ਬੰਨੇ ਤਾਂ ਤੂੰ ਕਹਿ ਰਿਹਾ ਕਿ ਮੈਂ ਪੰਜਾਬੀ ਮਾਂ ਬੋਲੀ ਦਾ ਸੇਵਕ ਹਾਂ ਅਤੇ ਦੂਸਰੀ ਗੱਲ ਤੂੰ ਪੰਜਾਬੀ ਦੇ ਵਿੱਚ ਗੁਰ ਇਤਿਹਾਸ ਜਿਹੜਾ ਉਹ ਨਹੀਂ ਪੜ੍ਹ ਸਕਦਾ ਕਿ ਗੁਰ ਜਿਹੜੇ ਗੁਰੂ ਸਾਹਿਬਾਨ ਦੀ ਤੂੰ ਗੱਲ ਕਰ ਰਿਹਾ ਕਿ ਮੈਂ ਉਹਨਾਂ ਦੇ ਜਿਹੜੇ ਵੰਸ਼ਜ ਨੇ ਉਹ ਤੇਰੇ ਤਾਂ ਰਹਿਬਰ ਜਾਂ ਤੇਰੇ ਤਾਂ ਮੁਰਸ਼ਦ ਹੋ ਸਕਦੇ ਆ। ਸਿੱਖਾਂ ਨੇ ਕਦੀ ਇਹਨਾਂ ਨੂੰ ਚਿਲਮਾ ਪੀਣ ਵਾਲਿਆਂ ਨੂੰ ਜਾਂ ਤੰਬਾਕੂ ਪੀਣ ਵਾਲਿਆਂ ਨੂੰ ਕਦੀ ਵੀ ਰਹਿਬਰ ਤਾਂ ਕੀ ਰਿਹਾ, ਅਸੀਂ ਤਾਂ ਬਤੌਰ ਇਨਸਾਨ ਵੀ ਸਵੀਕਾਰ ਨਹੀਂ ਕਰਦੇ। ਇਸ ਕਰਕੇ ਕਿਉਂਕਿ ਸਾਡੀ ਵਿਚਾਰਧਾਰਾ ਹੀ ਸ਼ਬਦ ਦੀ ਹੈ, ਅਸੀਂ ਸ਼ਬਦ ਗੁਰੂ ਸੁਰਤ ਤਿੰਨ ਚੇਲਾ ਜਿਹੜਾ ਅਸੀਂ ਉਸ ਵਿਚਾਰਧਾਰਾ ਦੇ ਉੱਪਰ ਚੱਲਣ ਵਾਲੇ ਅਤੇ ਉਸ ਵਿਚਾਰਧਾਰਾ ਨੂੰ ਪਰਨਾਏ ਲੋਕ ਹਾਂ। ਪਰ ਮੈਂ ਇੱਕ ਦੱਸ ਦੇਵਾਂ ਸਿਰਫ ਇਸ ਦੇ ਗਿਆਤ ਦੇ ਵਾਸਤੇ, ਉਸ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਜੇ ਇਸ ਗਾਇਕ ਤੱਕ ਕਿਤੇ ਮੇਰੀ ਗੱਲ ਜਾਵੇ ਤਾਂ। ਤੀਸਰੇ ਪਾਤਸ਼ਾਹ ਜਿਨ੍ਹਾਂ ਦਾ ਤੂੰ ਨਾਮ ਲੈ ਕੇ ਅਤੇ ਉਹਨਾਂ ਨੂੰ ਭੱਲਾ ਬੰਸਾਵਲੀ ਦਾ ਕਹਿ ਕੇ ਅਤੇ ਆਪਣੇ ਜਿਹੜੇ ਤੇਰੇ ਇਹ ਅਖੌਤੀ ਬਾਬੇ ਨੇ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਗੱਲ ਹੈ ਕਿ ਗੁਰਮਤ ਵਿਚਾਰਧਾਰਾ ਦੇ ਵਿੱਚ ਬੇਸ਼ੱਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਤਕਰੀਬਨ ਸਾਰੇ ਗੁਰੂ ਸਾਹਿਬਾਨ ਦੇ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਨੂੰ ਜੇਕਰ ਛੱਡ ਦਈਏ ਤਾਂ ਬਿੰਦੀ ਸੰਤਾਨ ਵੀ ਰਹੀ ਹੈ। ਪਰ ਹਮੇਸ਼ਾ ਗੁਰੂ ਸਾਹਿਬ ਨੇ ਜਿਹੜਾ ਮਾਣ ਸਤਿਕਾਰ ਹੈ ਉਹ ਆਪਣੇ ਨਾਦੀ ਪੁੱਤਰਾਂ ਨੂੰ ਦਿੱਤਾ। ਦੂਸਰੀ ਗੱਲ ਸਭ ਤੋਂ ਵੱਡੀ ਅਹਿਮ, ਉਹ ਅਹਿਮ ਗੱਲ ਇਹ ਹੈ ਕਿ ਗੁਰੂ ਘਰ ਦੇ ਵਿੱਚ ਹਮੇਸ਼ਾ ਹੀ ਯੋਗਤਾ ਜਿਹੜੀ ਹੈ ਉਹ ਪ੍ਰਮਾਣਿਤ ਰਹੀ ਹੈ। ਤੀਸਰੇ ਪਾਤਸ਼ਾਹ ਦੀ ਜਿਹੜੀ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਸੀ ਉਹ ਇਹ ਕਰਨਾ ਚਾਹੁੰਦਾ ਸੀ ਕਿ ਜੇ ਤੁਸੀਂ ਇਸੇ ਵਿਚਾਰਧਾਰਾ ਨੂੰ ਵਿਰੋਧ ਦੇ ਵਿੱਚ ਜਾਂ ਫਿਰ ਗੁਰੂ ਸਾਹਿਬਾਨ ਦੇ ਨਾਲ ਜੋੜਨ ਦੇ ਵਾਸਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਅਕਸਾਉਣਾ ਹੈ ਤਾਂ ਮੈਂ ਉਸੇ ਤੀਸਰੇ ਪਾਤਸ਼ਾਹ ਦੇ ਇਤਿਹਾਸ ਦੇ ਵਿੱਚੋਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜਿਸ ਵੇਲੇ ਖਡੂਰ ਸਾਹਿਬ ਸਨ ਤਾਂ ਉਸ ਵੇਲੇ ਇੱਕ ਜੋਗੀ ਫਿਰਕੇ ਦੇ ਨਾਲ ਸੰਬੰਧਿਤ ਸ਼ਿਵ ਨਾਥ ਤੱਪੇ ਨੇ ਗੁਰੂ ਸਾਹਿਬ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਕੁਦਰਤੀ ਕੁਛ ਕਹਿ ਸਕਦੇ ਹੋ ਕਿ ਕੁਦਰਤੀ ਤੌਰ 'ਤੇ ਕੁਛ ਘਟਨਾਕ੍ਰਮ ਇਵੇਂ ਦਾ ਵਾਪਰਿਆ ਕਿ ਜ਼ਰਾਇਤੀ ਖੇਤਰ ਦੇ ਵਿੱਚ ਪਾਣੀ ਦੀ ਲੋੜ ਸੀ ਅਤੇ ਮੀਂਹ ਵੀ ਨਾ ਪਿਆ ਅਤੇ ਉਹਨੇ ਲੋਕਾਂ ਦੇ ਵਿੱਚ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਮੀਂਹ ਇਸ ਕਰਕੇ ਨਹੀਂ ਪੈ ਰਿਹਾ ਕਿਉਂਕਿ ਤੁਸੀਂ ਸਾਡੇ ਵਰਗੇ ਸੰਨਿਆਸੀਆਂ ਨੂੰ ਛੱਡ ਕੇ ਗ੍ਰਿਸਥੀ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ, ਤੁਸੀਂ ਉਹਦੀਆਂ ਗੱਲਾਂ ਮੰਨਣੀਆਂ ਜਾਂ ਫਿਰ ਉਹਦੀ ਉਪਾਸ਼ਨਾ ਉਹਦੀ ਜਿਹੜੀ ਹੈ ਪੂਜਾ ਅਰਚਨਾ ਜਾਂ ਉਹਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ। ਜਿੰਨਾ ਵੀ ਉਹ ਲੋਕਾਂ ਨੂੰ ਭੜਕਾ ਸਕਦਾ ਸੀ ਉਸ ਨੇ ਭੜਕਾਇਆ। ਗੁਰੂ ਸਾਹਿਬ ਤੱਕ ਵੀ ਇਹ ਗੱਲਾਂ ਪਹੁੰਚੀਆਂ ਅਤੇ ਕੁਝ ਲੋਕ ਜਿਹੜੇ ਉਸ ਦੀ ਭੜਕਾਹਟ ਵਿੱਚ ਆਏ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਕਹਿ ਵੀ ਦਿੱਤਾ ਕਿ ਜਿੰਨਾ ਚਿਰ ਤੁਸੀਂ ਇਸ ਨਗਰ ਦੇ ਵਿੱਚੋਂ ਇਸ ਕਰਕੇ ਮੀਂਹ ਨਹੀਂ ਪੈਂਦਾ। ਅਤੇ ਗੁਰੂ ਸਾਹਿਬ ਉੱਥੋਂ ਛੱਡ ਕੇ ਪਹਿਲਾਂ ਖਾਨ ਰਜ਼ਾਦਾ ਅਤੇ ਉਸ ਤੋਂ ਬਾਅਦ ਖਾਨ ਸ਼ਾਪਰੀ ਪਿੰਡਾਂ ਵੱਲ ਨੂੰ ਚਲੇ ਗਏ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਉਸ ਪਿੰਡ ਦੇ ਵਿੱਚ ਆਏ, ਪਹਿਲਾਂ ਬਾਸਰਕੇ ਸੀ, ਬਾਸਰਕੇ ਤੋਂ ਜਦੋਂ ਖਡੂਰ ਸਾਹਿਬ ਆਏ ਅਤੇ ਗੁਰੂ ਸਾਹਿਬ ਉੱਥੇ ਨਹੀਂ ਸਨ, ਪੁੱਛਣ 'ਤੇ ਪਤਾ ਲੱਗਾ ਕਿ ਇਹ ਸਾਰੀ ਤਪੇ ਦੀ ਕਰਤੂਤ ਹੈ, ਸ਼ਿਵਨਾਥ ਜਿਹੜਾ ਜੋਗੀ ਸੀ। ਅਤੇ ਗੁਰੂ ਸਾਹਿਬ ਨੇ ਫਿਰ ਉੱਥੇ ਲੋਕਾਂ ਨੂੰ ਇਕੱਤਰ ਕੀਤਾ ਅਤੇ ਸਮਝਾਇਆ ਕਿ ਹੁਣ ਤਾਂ ਗੁਰੂ ਪਾਤਸ਼ਾਹ ਪਿੰਡ ਦੇ ਵਿੱਚੋਂ ਜਾ ਚੁੱਕੇ ਨੇ, ਹੁਣ ਮੀਂਹ ਕਿਉਂ ਨਹੀਂ ਪੈਂਦਾ। ਲੋਕ ਜਾ ਕੇ ਉਸ ਤਪੇ 'ਤੇ ਗੱਲ ਪੈ ਗਏ। ਇੱਕ ਦਿਨ ਲਾਰਾ, ਅੱਜ ਮੀਂਹ ਪੈ ਜਾਵੇਗਾ, ਕੱਲ੍ਹ ਮੈਂ ਜੰਤਰ ਮੰਤਰ ਪੜ੍ਹਨੇ ਆ, ਪਰਸੋਂ ਮੈਂ ਹਵਨ ਕਰਨਾ, ਚੌਥ ਮੈਂ ਇਹ ਕਰਨਾ, ਫਿਰ ਉਹ ਕਰਨਾ। ਬੜੇ ਦਿਨ ਕੁਛ ਦਿਨ ਤਾਂ ਨੰਘਾ ਲਏ ਜਦੋਂ ਮੀਂਹ ਨਾ ਪਿਆ, ਅਤੇ ਹੁਣ ਫਿਰ ਤੀਸਰੇ ਪਾਤਸ਼ਾਹ ਨੇ ਪਤਾ ਕੀ ਕਿਹਾ, ਫਿਰ ਇਹਨਾਂ ਲੋਕਾਂ ਦਾ ਹਾਲ ਕੀ ਹੁੰਦਾ?
ਕਹਿੰਦਾ ਮੀਂਹ ਤਾਂ ਪਵੇਗਾ, ਗੁਰੂ ਸਾਹਿਬ ਨੇ ਕਿਹਾ ਮੀਂਹ ਤਾਂ ਪਵੇਗਾ, ਹੁਣ ਜੇ ਇਸੇ ਤਪੇ ਨੂੰ ਫੜ ਕੇ ਨਾ ਜੇਕਰ ਜੱਟਾਂ ਦੇ ਵਾਹਣਾਂ ਦੇ ਵਿੱਚ ਘਸੀਟਿਆ ਜਾਵੇ ਤਾਂ। ਵੈਸੇ ਇਤਿਹਾਸ ਦੇ ਸਰੋਤਾਂ ਦੇ ਵਿੱਚ ਆਉਂਦਾ ਹੈ ਕਿ ਮੀਂਹ ਉਦੋਂ ਹੀ ਪਿਆ ਜਦੋਂ ਫਿਰ ਉਸਨੂੰ ਜੱਟਾਂ ਨੇ ਖਿੱਚ ਧੂ ਕੀਤੀ ਅਤੇ ਵਾਹਣਾਂ ਦੇ ਵਿੱਚ ਘਸੀਟਿਆ। ਸੋ ਇਸ ਕਰਕੇ ਇਹ ਮੈਂ ਗੱਲ ਇਸ ਕਰਕੇ ਸੁਣਾਈ ਹੈ ਕਿ ਇਹ ਜਿਹੜੀਆਂ ਸਾਡੀਆਂ ਸਿੱਖ ਇਤਿਹਾਸ ਦੀਆਂ ਵਿਚਾਰਧਾਰਾ ਨਾਲ ਜੁੜੀਆਂ ਜਿਹੜੀਆਂ ਗੱਲਾਂ ਨੇ ਨਾ, ਇਹਨਾਂ ਨੂੰ ਪੜ੍ਹਨ ਨੂੰ, ਇਹਨਾਂ ਨੂੰ ਸਮਝਣ ਤੋਂ ਬਾਅਦ ਫਿਰ ਮੰਚ ਦੇ ਉੱਪਰੋਂ ਇਵੇਂ ਦੀਆਂ ਗੱਲਾਂ ਕਰਿਆ ਕਰੋ। ਨਹੀਂ ਤਾਂ ਇਹਨਾਂ ਗੱਲਾਂ ਦੇ ਨਾਲ ਕਿਸੇ ਵੀ ਕੌਮ ਦੀਆਂ, ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ, ਸਾਡੇ ਨਾਲ ਤਾਂ ਜੋ ਹੋਇਆ 2-3 ਵਾਰੀ ਉਹ ਸਾਰਿਆਂ ਨੂੰ ਪਤਾ ਹੀ ਹੈ। ਬਾਕੀ ਵੀ ਜੇਕਰ ਤੁਸੀਂ ਕਿਸੇ ਧਰਮ ਦੇ ਬਾਰੇ ਗੱਲ ਕਰਨੀ ਹੈ ਤਾਂ ਉਸ ਦੀਆਂ ਮੂਲ ਮਾਨਤਾਵਾਂ ਦਾ ਅਤੇ ਉਸ ਦੀ ਮਰਿਆਦਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਤੁਹਾਡਾ ਨੱਚਣਾ ਗਾਉਣਾ ਫਰਜ਼ ਹੈ, ਤੁਸੀਂ ਉਹ ਕਰੋ, ਪਰ ਉਹਦੇ ਨਾਲ ਜੇ ਤੁਸੀਂ ਇਹ ਕਹੋ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਅਤੇ ਇਹਨਾਂ ਸ਼ਬਦਾਂ ਦੇ ਪਰਦੇ ਦੇ ਪਿੱਛੇ ਤੁਹਾਨੂੰ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਤੁਸੀਂ ਜਿਹੜੀਆਂ ਕਿਸੇ ਧਰਮ ਦੀਆਂ ਮਾਨਤਾਵਾਂ ਦੇ ਉੱਪਰ, ਮਰਿਆਦਾ ਦੇ ਉੱਪਰ, ਇਤਿਹਾਸ ਦੇ ਉੱਪਰ ਅਤੇ ਖਾਸ ਕਰਕੇ ਗੁਰ ਇਤਿਹਾਸ ਦੇ ਉੱਪਰ ਤੁਸੀਂ ਕਿੰਤੂ ਕਰਨਾ ਸ਼ੁਰੂ ਕਰ ਦਿਓ। ਮੈਂ ਆਸ ਕਰਦਾ ਕਿ ਸਿੱਖਾਂ ਦੀਆਂ ਨੁਮਾਇੰਦਾ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵਾਰੀ ਇਸ ਪਾਸੇ ਜ਼ਰੂਰ ਕੋਈ ਕਰੜਾ ਰੁੱਖ ਇਖਤਿਆਰ ਕਰਨਗੀਆਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।